ਗੱਭਰੂ ਮੈਦਾਨਾਂ ਵਿੱਚ ਲੱਗਦਾ ਏ ਇੰਜ ਜਿਵੇਂ ਭੇੜ ਹੋਣ ਸਾਨਾਂ ਵਿੱਚ ਦੁੱਧ ਮੱਖਣਾਂ ਦੇ ਨਾਲ ਪਾਲੇ ਨੇ ਸਰੀਰ ਯਾਰੋ ਲੋੜਿਆਂ ਦਾ ਜੋਸ਼ ਮੇਰੇ ਦੇਸ਼ ਦੇ ਜਵਾਨਾਂ ਵਿੱਚ ਲੋੜਿਆਂ ਦਾ ਜੋਸ਼ ਮੇਰੇ ਦੇਸ਼ ਦੇ ਜਵਾਨਾਂ ਵਿੱਚ ਇਸ ਦੇਸ਼ ਦੇ ਇਸ ਪੰਜਾਬ ਦੇ ਜਵਾਨਾਂ ਦੇ ਵਿੱਚ ਲੋੜਿਆਂ ਦਾ ਜੋਸ਼ ਹੈ ਦਰਸ਼ਕ ਵੀਰਾਂ ਦਾ ਠਾਠਾ ਮਾਰਦਾ ਏ ਸਮੁੰਦਰ ਰੱਬ ਵਰਗੇ ਦਰਸ਼ਕ ਵੀਰ ਦੂਰ ਦੁਰਾਡੇ ਤੋਂ ਚੱਲ ਕੇ ਪਹੁੰਚੇ ਹੋਏ ਨੇ ਦੂਸਰੇ ਵੱਲੋਂ ਫਿਰ ਵੇਖੋ ਸੰਦੀਪ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਸ਼੍ਰੀ ਗੁਰੂ ਨਾਨਕ ਕਬੱਡੀ ਕਲੱਬ ਨਕੋਦਰ ਦੀ ਤਰਫੋਂ ਫਿਰ ਬਿੱਟੂ ਨੇ ਕਬੱਡੀ ਪਾਈ ਹੈ ਇੱਕ ਬਲਵੀਰ ਸਿੰਘ ਬਿੱਟੂ ਮੇਰੇ ਵੀਰੋ ਐਕਟਿੰਗ ਪ੍ਰਧਾਨ ਨੇ ਉਸ ਫੈਡਰੇਸ਼ਨ ਦੇ ਸਾਹਮਣੇ ਬੈਠੇ ਨੇ ਜਿਸ ਨੇ ਆਪ ਬਹੁਤ ਤਕੜੀ ਕਬੱਡੀ ਖੇਡੀ ਪੰਜਾਬ ਰਾਜ ਬਿਜਲੀ ਬੋਰਡ ਦੇ ਲਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਖੋ ਵੱਖਰੀਆਂ ਕਲੱਬਾਂ ਦੇ ਲਈ ਲਓ ਇੱਕ ਬਿੱਟੂ ਆ ਇਸ ਸਮੇਂ ਡੱਕਿਆ ਜਾ ਚੁੱਕਾ ਹੈ ਨਾਲ ਹੀ ਪੁਆਇੰਟ ਇਸ ਸਮੇਂ ਫਿਰ ਇਸ ਹਿੰਦੇ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ ਇੱਕ ਇੱਕ ਕਬੱਡੀ ਪੂਰੇ ਜਾਹੋ ਜਲਾਲ ਦੇ ਵਿੱਚ ਹੈ ਦੂਸਰੇ ਬੰਨੇ ਮੈਂ ਵੇਖਦਾ ਵੀ ਇਹ ਸਮੁੰਦਰ ਜੀ ਕੱਦ ਦਾ ਨੌਜਵਾਨ ਖਿਡਾਰੀ ਜਿਸ ਨੇ ਪਿੰਡ ਪੱਧਰ ਦੀ ਕਬੱਡੀ ਸਨੇਤ ਦੀ ਟੀਮ ਦੇ ਲਈ ਉਸ ਤੋਂ ਬਾਅਦ ਇਸ ਨੌਜਵਾਨ ਨੇ ਨਿਰਮਲ ਸਿੰਘ ਨਿੰਮਾ ਮਾਨੂਪੁਰ ਦੀ ਟੀਮ ਦੇ ਲਈ ਮੇਰੇ ਵੀਰੋ ਕੁਝ ਅਰਸੇ ਕਬੱਡੀ ਖੇਡੀ ਹੈ ਹੁਣ ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਦਿੜਵਾ ਦੇ ਲਈ ਇਹ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀਆਂ ਪਾ ਰਹੇ ਲਓ ਸਾਹਮਣੇ ਵੇਖੋ ਇਸ ਸਮੇਂ ਫਿਰ ਜਾਦੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਗੱਭਰੂ ਇਸ ਨੌਜਵਾਨ ਨੂੰ ਡੱਕਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ ਹੰਦੇ ਦੂਰ ਨੇ ਸਮਾਂ ਬੀਤਿਆ ਲਓ ਇਹ ਪੁਆਇੰਟ ਫਿਰ ਇਸ ਸਮੇਂ ਜਾਦੀ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਹਾਨ ਅੱਜ ਖੜ ਖੜ ਕੇ ਵੇਖਣਾ ਏ ਕੱਪ ਕੌਣ ਚੁੰਮੂ ਫੜਕੇ ਕੱਪ ਉਹੀ ਉਹ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਦੇ ਵਿੱਚ ਜਾਣਾ ਮੇਰੇ ਵੀਰੋ ਜਿਨ੍ਹਾਂ ਦੇ ਡੌਲਿਆਂ ਦੇ ਵਿੱਚ ਜਿਨ੍ਹਾਂ ਦੇ ਪੱਟਾਂ ਦੇ ਵਿੱਚ ਜਿਨ੍ਹਾਂ ਦੀ ਛਾਤੀ ਦੇ ਵਿੱਚ ਜਾਨ ਹੈ ਉਹੀ ਉਹ ਕੱਪ ਜਿੱਤਣਗੇ ਲਓ ਇਹ ਪੁਆਇੰਟ ਫਿਰ ਇਸ ਸਮੇਂ ਲੰਬੜ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ ਮੈਂ ਬੇਨਤੀ ਕਰਾਂਗਾ ਜਥੇਦਾਰ ਗੁਰਬਚਨ ਸਿੰਘ ਜੀ ਬੱਚੀ ਐਕਸ ਏਐਮ ਪੰਜਾਬ ਰਾਜ ਬਿਜਲੀ ਬੋਰਡ ਨੂੰ ਉਹਨਾਂ ਦੀ ਨਾਲ ਸਾਡੇ ਸਨਮਾਨਯੋਗ ਸੁਪਰਡੈਂਟੋ ਪੁਲਿਸ ਸਰਦਾਰ ਦਵਿੰਦਰ ਸਿੰਘ ਜੀ PPS ਸਾਡੇ ਪੁਰਾਣੇ ਖਿਡਾਰੀ ਓਲਡ ਖਿਡਾਰੀ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਉਹਨਾਂ ਨੂੰ ਸਨਮਾਨ ਦੇਣਗੇ ਉਹਨਾਂ ਦੇ ਨਾਲ ਮਾਸਟਰ ਬਲਵਿੰਦਰ ਸਿੰਘ ਜੀ ਜਥੇਦਾਰ ਤੇਜਾ ਸਿੰਘ ਜੀ ਕਮਾਲਪੁਰ ਸੁਖਜਿੰਦਰ ਸਿੰਘ ਜੀ ਸਿੰਘਣਾ ਇੱਕ ਬੰਨੇ ਸਟੇਜ ਤੇ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਦੂਸਰੇ ਬੰਨੇ ਖੇਡ ਵਿੱਚ ਮੁਕਾਬਲਾ ਮੇਰੇ ਵੀਰੋ ਪਹਿਲਾ ਸੈਮੀ ਫਾਈਨਲ ਦਾ ਮੈਚ ਦੂਸਰਾ ਹਾਫ ਮੈਂ ਬੇਨਤੀ ਕਰਾਂਗਾ ਜਥੇਦਾਰ ਸਾਹਿਬ ਨੂੰ ਸਰ ਆ ਜਾਓ ਜੀ ਜਿਹੜੇ ਇਹ ਓਲਡ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਜਥੇਦਾਰ ਗੁਰਬਚਨ ਸਿੰਘ ਜੀ ਬੱਚੀ ਐਕਸ ਏਐਮ ਬਿਜਲੀ ਬੋਰਡ ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਸੁਪਰਡੈਂਟ ਆਫ ਪੁਲਿਸ ਪਟਿਆਲਾ ਸਰਦਾਰ ਦਵਿੰਦਰ ਸਿੰਘ ਜੀ PPS ਨਾਲ ਹੀ ਜਥੇਦਾਰ ਤੇਜਾ ਸਿੰਘ ਜੀ ਕਮਾਲਪੁਰ ਸੁਖਜਿੰਦਰ ਸਿੰਘ ਜੀ ਸਿੰਧੜਾ ਸਮੁੱਚੀ ਟੀਮ ਆਪਣੇ ਸਮੇਂ ਦੇ ਵਿੱਚ ਵਧੀਆ ਪਲੇਅਰ ਹੁਣ ਤਾਂ ਇਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਮੈਂ ਬਾਕੀ ਵੀ ਓਲਡ ਪਲੇਅਰਾਂ ਨੂੰ ਬੇਨਤੀ ਕਰਦਾ ਕਿ ਉਹ ਜਲਦੀ ਤੋਂ ਜਲਦੀ ਸਟੇਜ 'ਤੇ ਆਉਣ ਸਰਦਾਰ ਗੁਰਜੰਟ ਸਿੰਘ ਜੀ ਇੰਸਪੈਕਟਰ ਸਾਹਿਬ ਪੰਜਾਬ ਪੁਲਿਸ ਮੇਜਰ ਹਰਭਜਨ ਸਿੰਘ ਜੀ ਮੌੜ ਲਾਲ ਸਿੰਘ ਮੈਂ ਮੇਰੇ ਸਤਿਕਾਰਯੋਗ ਸੱਜਣਾਂ ਦਾ ਕਲੱਬ ਵੱਲੋਂ ਸਮੂਹ ਨਗਰ ਪੰਚਾਇਤ ਗੜਵਾ ਵੱਲੋਂ ਸਮੂਹ ਖਿਡਾਰੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਫਿਰ ਵੇਖੋ ਨਾਲ ਹੀ ਜਾਦੀ ਬਹੁਤ ਹੀ ਵਧੀਆ ਕੋਸ਼ਿਸ਼ ਵਾਹ ਵੀ ਵਾਹ ਤੀਲੀ ਤੋਂ ਲੌਂਗ ਵੜਨ ਵਾਲੀ ਗੱਲ ਹੋ ਗਈ ਮਿੱਤਰੋ ਹੁਣ ਮੈਂ ਵੇਖਦਾ ਵੀ ਹੰਦੇ ਦੂਰ ਨੇ ਸਮਾਂ ਬੀਤਦਾ ਜਾ ਲੈ ਵੀ ਕਰਨ ਹੁਣ ਪਿੱਛੇ ਮੁੜ ਕੇ ਵੇਖ ਜਾਦੀ ਦਾ ਲੱਗਾ ਹੋਇਆ ਜੱਫਾ ਲਓ ਇਹ ਪੁਆਇੰਟ ਫਿਰ ਇਸ ਸਮੇਂ ਸ਼੍ਰੀ ਗੁਰੂ ਨਾਨਕ ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਹਿੱਸੇ ਹੈ
ਸਾਡੇ ਓਲਡ ਖਿਡਾਰੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ, ਜਿਨ੍ਹਾਂ ਦਾ ਮਾਨ ਸਨਮਾਨ ਜਥੇਦਾਰ ਗੁਰਬਚਨ ਸਿੰਘ ਜੀ ਬੱਚੀ ਐਕਸਏਐਮ ਪੰਜਾਬ ਰਾਜ ਬਿਜਲੀ ਬੋਰਡ, ਜਥੇਦਾਰ ਤੇਜਾ ਸਿੰਘ ਜੀ ਕਮਾਲਪੁਰ, ਜਥੇਦਾਰ ਸੁਖਜਿੰਦਰ ਸਿੰਘ ਜੀ ਸਿੰਘਣਾ, ਸਰਦਾਰ ਦਵਿੰਦਰ ਸਿੰਘ ਜੀ ਪੀਪੀਐਸ ਐਸਪੀ ਪਟਿਆਲਾ, ਜਰਨੈਲ ਸਿੰਘ ਜੀ ਦੜਬਾ, ਪਿੰਕ ਦਿਵਾਲ ਜੀ, ਸਮੁੱਚੀ ਟੀਮ ਇਹਨਾਂ ਪੁਰਾਣੇ ਖਿਡਾਰੀਆਂ ਦਾ ਮਾਨ ਸਨਮਾਨ ਕਰ ਰਹੀ ਹੈ। ਮੈਂ ਬੇਨਤੀ ਕਰਾਂਗਾ ਬਾਬੂ ਕੇਵਲ ਕ੍ਰਿਸ਼ਨ ਜੀ ਆਣ ਤੇ ਉਹ ਵੀ ਆਪਣਾ ਮਾਨ ਸਨਮਾਨ ਲੈਣ। ਡਾਕਟਰ ਸਤੀਸ਼ ਜੀ ਸ਼ਿਵ ਸ਼ੰਕਰ ਫੀਲਿੰਗ ਸਟੇਸ਼ਨ ਮਹਿਲਾ ਚੌਂਕ, ਉਹ ਵੀ ਆਪਣਾ ਸਨਮਾਨ ਲੈਣ। ਸਤੀਸ਼ ਕੁਮਾਰ ਜੀ, ਸ਼ਿਵ ਸ਼ੰਕਰ ਫੀਲਿੰਗ ਸਟੇਸ਼ਨ ਮਹਿਲਾ ਚੌਂਕ, ਇੱਕ ਮਿੰਟ ਸਰ, ਇੱਕ ਮਿੰਟ ਆ ਕੇ ਜੀ। ਉਹਨਾਂ ਦੇ ਨਾਲ ਰਾਜਕੁਮਾਰ ਗਰਗ ਜੀ, ਤੀਰਥ ਜੀ ਮੈਚ ਬਹੁਤ ਇੰਟਰਸਟ ਹੈ, ਸੌਟ ਕਰੋ ਕਾਰਵਾਈ ਪਲੀਜ਼। ਗੁਰਪ੍ਰੀਤ ਜੀ ਕੈਰੀ ਔਨ ਪਲੀਜ਼। ਕੁਝ ਹੀ ਪਲ ਬਾਕੀ ਨੇ ਇਸ ਚੱਲਦੇ ਹੋਏ ਮੈਚ ਦੇ, ਨਾਲ ਹੀ ਇਸ ਮੈਚ ਤੋਂ ਬਾਅਦ ਰਾਜ ਜਖੇਪਲ ਵਾਲੇ ਦਾ ਬੁਲਟ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਜਿਹੜਾ ਕੀਤਾ ਜਾਣਾ। ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਕੁਝ ਹੀ ਪਲਾਂ ਦੇ ਦਰਮਿਆਨ ਸਾਡੇ ਕੋਲ ਪੁੱਜ ਜਾਣੇ ਨੇ। ਕਰਨ ਕਮਾਨ ਸਾਡਾ ਵੀਰ, ਉਹਨਾਂ ਦੇ ਵੱਲੋਂ ਇਹ ਮਾਨ ਸਨਮਾਨ ਬੁਲਟ ਮੋਟਰਸਾਈਕਲ ਦੇ ਨਾਲ। ਮੇਰੇ ਵੀਰੋ ਲਓ ਸਾਹਮਣੇ ਬਿੱਟੂ, ਨਾਲ ਹੀ ਮੈਂ ਵੇਖਦਾ ਵੀ ਖੁਸ਼ੀ ਮੇਰੇ ਵੀਰੋ ਇਸ ਸਮੇਂ ਲਾਉਂਦਾ ਹੋਇਆ ਜੱਫਾ, ਖੁਸ਼ੀ ਪੂਰੀ ਪ੍ਰਧਾਨ ਜੀਆਂ ਨੂੰ ਵੀ। ਅੱਜ ਸਾਡੀ ਟੀਮ ਹੈ ਜਿਹੜੀ ਦੂਸਰੇ ਸੈਮੀਫਾਈਨਲ ਦੇ ਵਿੱਚੋਂ ਮੇਰੇ ਵੀਰੋ ਮੈਚ ਪੂਰਾ ਫਸਾ ਚੁੱਕੀ ਹੈ, ਮੈਚ ਜਿੱਤਣ ਜਾ ਰਹੀ ਹੈ, ਕੋਈ ਅਤਕਥ ਨਹੀਂ। ਆਓ ਸਾਹਮਣੇ ਬਿੱਟੂ ਇਸ ਸਮੇਂ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਮਨਜੀਤ ਜੀ ਇੱਕ ਕੈਮਰਾ ਭੇਜੋ ਜੀ ਸਟੇਜ ਤੇ। ਬਹੁਤ ਵਧੀਆ ਮੈਚ ਦੋਨੋਂ ਟੀਮਾਂ ਦੇ ਦਰਮਿਆਨ। ਲਓ ਸਾਹਮਣੇ ਫੇਡਾ ਝਨੀਲ ਦੀ ਧਰਤੀ ਦਾ, ਇੱਕ ਫੇਡਾ ਮੇਰੇ ਵੀਰੋ ਜਿਸ ਨੇ ਅਰਜਨਾ ਅਵਾਰਡ ਪ੍ਰਾਪਤ ਕੀਤੇ ਨੇ ਉਸ ਖੇਡ ਕਬੱਡੀ ਦੀ ਬਦੌਲਤ। ਐਸਪੀ ਨੇ ਪੰਜਾਬ ਪੁਲਿਸ ਦੇ ਇੱਕ ਆਹ ਫੇਡਾ ਵੇਖੋ, ਇਸ ਸਮੇਂ ਨੌਜਵਾਨ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਦੂਸਰੇ ਬੰਨੇ ਬਿੱਲੇ ਨੇ ਕਬੱਡੀ ਪਾਈ ਹੈ, ਨਾਲ ਹੀ ਮੈਂ ਵੇਖਦਾ ਵੀ ਹਿੰਦਾ ਖੜਾ ਪੱਟ ਦੇ ਬਾਹਰਲੇ ਬੰਨੇ ਥਾਪੀਆਂ ਮਾਰ ਰਿਹਾ ਵੀ ਮਾਣ ਹੁਣ ਸੁੱਕਾ ਨਾ ਮੁੜ ਜਾਵੇ ਇਹ ਨੌਜਵਾਨ। ਪਰ ਮੇਰੇ ਵੀਰੋ ਬਿੱਲਾ ਵੀ ਬਹੁਤ ਸੋਹਣਾ ਖਿਡਾਰੀ ਹੈ, ਸ਼੍ਰੀ ਗੁਰੂ ਨਾਨਕ ਦੇਵ ਕਬੱਡੀ ਕਲੱਬ ਨਕੋਦਰ ਦਾ ਹੁਣ ਹਰ ਖਿਡਾਰੀ। ਲਓ ਫੈਸਲੇ ਕੀ ਹੁੰਦੇ ਨੇ ਕਿ ਪੁਆਇੰਟ ਫਿਰ ਇਸ ਸਮੇਂ ਇਸ ਬਿੱਲੇ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ। ਇਸ ਤੋਂ ਅਗਲੇ ਮੈਚ ਦੀਆਂ ਦੋਨੋਂ ਹੀ ਟੀਮਾਂ ਪੰਜਾਬ ਰਾਜ ਬਿਜਲੀ ਬੋਰਡ ਵਰਸਿਜ ਦਸ਼ਮੇਸ਼ ਕਬੱਡੀ ਕਲੱਬ ਨਕੋਦਰ, ਹਰਜਿੰਦਰ ਸਿੰਘ ਜੀ ਖਾਨੋਵਾਲ, ਨਾਲ ਹੀ ਮੇਰੇ ਵੀਰੋ ਸਾਡਾ ਬਹੁਤ ਹੀ ਸਤਿਕਾਰਯੋਗ ਵੀਰ ਨੋਨਾ ਗੁੱਜਰਵਾਲ ਦੀ ਧਰਤੇ ਕੋਚ ਸਾਹਿਬ, ਦੋਨੋਂ ਕੋਚ ਸਾਹਿਬ ਨੂੰ ਬੇਨਤੀ ਹੈ ਵੀ ਆਪਣੀਆਂ ਟੀਮਾਂ ਨੂੰ ਤਿਆਰ ਕਰ ਲੈਣ। ਲਓ ਸਾਹਮਣੇ ਫਿਰ ਸੰਦੀਪ ਵੱਡੀ ਪਲਾਂਗ ਪੁੱਟਣ ਦੀ ਗੱਲ, ਇੱਕ ਬੰਨੇ ਮੇਰੇ ਵੀਰੋ ਜਾਦੀ ਹੈ ਔਰ ਦੂਸਰੇ ਬੰਨੇ ਵੇਖੋ ਸੰਦੀਪ, ਸੰਦੀਪ ਤੇ ਜਾਦੀ ਹੋ ਗਈ ਮਿੱਤਰੋ। ਪਰ ਸਮੇਂ ਦਾ ਫੈਸਲਾ ਕੀ ਹੈ ਵੀ ਪੁਆਇੰਟ ਇਸ ਸਮੇਂ ਫਿਰ ਇਸ ਨੌਜਵਾਨ ਸੰਦੀਪ ਦੇ ਹਿੱਸੇ ਜੁੜਦਾ ਹੋਇਆ। ਸਾਹਮਣੇ ਮੈਂ ਵੇਖਦਾ ਵੀ ਇਸ ਸਮੇਂ ਦਸ਼ਮੇਸ਼ ਕਬੱਡੀ ਕਲੱਬ ਦੇ ਬਹੁਤ ਹੀ ਹੁਣ ਹਰ ਖਿਡਾਰੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕੇ ਨੇ। ਇਸ ਗੋਲ ਦੇ ਦਾਇਰੇ ਨੂੰ ਨਮਸਕਾਰ ਕਰਕੇ ਬਾਹਰਲੀ ਸਾਈਡ ਖੇਡ ਮੈਦਾਨ ਤੋਂ ਟੀਮ ਵਾਰਮ ਅਪ ਹੋਣ ਜਾ ਰਹੀ ਹੈ। ਲਓ ਸ਼ਹਿਰ ਦੀ ਧਰਤੀ ਦਾ ਗੋਗੀ ਇਸ ਸਮੇਂ ਕਬੱਡੀ ਪਾਉਂਦਾ ਹੋਇਆ। ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਹਦੇ ਵਿੱਚ ਹੀ ਲੱਗੇ ਵਸਦੀ ਜਾਨ ਪੰਜਾਬੀਆਂ ਦੀ, ਜਾਨ ਵਸੀ ਪਈ ਮੇਰੇ ਵੀਰੋ ਖੇਡ ਦੇ ਵਿੱਚ। ਖੇਡਾਂ ਭਾਵੇਂ ਹੋਰ ਬਣੀਆਂ ਪਰ ਖੇਡ ਹੈ ਨਿਰਾਲੀ ਸਾਡੀ, ਰਾਲੀ ਸਾਡੀ ਕਬੱਡੀ। ਲਓ ਸਮੇਂ ਦਾ ਫੈਸਲਾ ਵੀ ਇਹ ਪੁਆਇੰਟ ਫਿਰ ਇਸ ਸਮੇਂ ਪਾਲੇ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ। ਤੇਜੀ ਕਮਾਲਪੁਰ ਜੀ ਇੱਕ ਨੰਬਰ ਸਟੇਜ ਤੇ ਪਹੁੰਚਣ। ਤੇਜੀ ਕਮਾਲਪੁਰ ਜੀ ਲੂਦਰ ਨੂੰ 100 ਰੁਪਈਆ, ਹੁਕਮੇ ਵੱਲੋਂ 100 ਰੁਪਈਆ, ਜਰਨੈਲ ਸਿੰਘ ਜੀ ਜਥੇਦਾਰ ਦਰਬਾਰ ਵੱਲੋਂ ਜੀ। ਬਹੁਤ ਵਧੀਆ ਮੈਚ, ਲਓ ਡਬਲ ਟੱਚ ਦੇ ਇਸ਼ਾਰੇ ਦੇ ਨਾਲ ਇਹ ਪੁਆਇੰਟ ਫਿਰ ਸ਼ਹੀਦ ਬਚਨ ਸਿੰਘ।
हेलो यार घुमाण वालों खुशी नू 100 रुपया जी 100 रुपया खुशी लिए। हाँ जी गुरप्रीत जी लाओ दूसरे बंदे फिर बिट्टू ऐसे कबड्डी पाउंदा होया हिंदा ते बिट्टू फर्स्ट मिच नाली मैं देखना भी ये पॉइंट फिर ऐसे में हिंदे नौजवान दे हिस्से है। लाओ समा समाप्त है करण जी जेडे मान सम्मान ने वो दसो पहला होंगे रखते हैं जरनैल कमान जी एम डी सुरसंगम स्टूडियो चंडीगढ़ इस तो जरा पहला मैच खेलिया गया दोनों फिर टीमों के दरमियान उसके विच श्री गुरु नानक देव कबड्डी क्लब नकोदर के पॉइंट सन 22 और दूसरे बन्ने शहीद बचन सिंह कबड्डी क्लब दिलबा के पॉइंट 33। नाल ही मैं रिंपी विराट वीर को बेनती करता भी वह ग्राउंड के आन दोनों ही टीमों के ऑफिशियल वीरे मैच जेड़ा जल्दी दे नाल शुरू करवा देन। बड़े वाली स्टेज है मेरे मुलाजम वीर साहबाना नूं बेनती है भी प्लीज कृपा करके ओवर क्राउडड हो गई है सारिया स्टेजा कृपा करके सारिया स्टेजा एक बार पास चेक कर लो प्लीज। मैदान कबड्डी का कप तक रहे हैं इस तरह ही मेरे वीरों कल कालख की धरती से कबड्डी कप है दशमेश कबड्डी क्लब नकोदर के गबरू ने और दूसरे बन्ने पंजाब राज बिजली बोर्ड बहुत ही तकड़ा मैच होगा दूसरा सैमीफाइनल दिलबे के कबड्डी कप का। लाओ पहली कबड्डी इस समय कहते हैं भी हैप्पी रसूलपुर की धरती का नौजवान एक कन्नी मैं वेखना भी बिल्ला कलोटी की धरती का है दूसरी कन्नी मेरे वीरों सोनी जिथों की धरती ने विक्र सिंह नत वर्गे गामे वर्गे बहुत ही तकड़े खिडारी मास्टर बलदेव सिंह जी सिमरू जिन्होंने बड़ी तकड़ी कबड्डी खेडी बाट पैंट की गल है। लाओ दूसरे बन्ने मलकीत अंग्रेज अडैचिया की धरती का सज्जन सिंह धालीवाल का सपुत्र इस समय कबड्डी पाउंदा होया नाली वगे पिंड की धरती का मंगी मेरे वीरों खेड का तजर्बा मलकीत नूं बहुत ज्यादा है पर जवानी इस समय मंगी ते ज्यादा है। लाओ दो तनंतरां दे दरमियान डी दे दरमियान भेड हो चुका है बलवीर सिंह जी बिट्टू एक्टिंग प्रधान फैसला दिंदे हुए भी इह पॉइंट मंगी नौजवान दे हिस्से जुड़ता होया नाल ही वेखो अंग्रेज ने इस अपने छोटे वीर नूं प्यार दे नाल समझाया है भी फॉल नहीं खेडिया जाणा प्यार की भावना इस खेल मैदान लाओ सामने गुरलाल घनौर वाला इस समय कबड्डी पाउंदा होया थब्बे थब्बे दे पट ने चिट्टे कच्छे दे विच सोहना फबदा होया नौजवान अपनी टीम दे हिस्से एक अंक का होर वाधा करता होया दूसरे बन्ने हैप्पी दे नां दे नाल जाना जांदा गबरू कांजलो की धरती मेरे वीरो मंत्रियों की धरती है जिस धरती का यह नौजवान इस समय कबड्डी पा रहे हैं इस नौजवान ने बड़ी मेहनत की थी इस खेल मैदान ठेके से भर्ती हुई पंजाब राज बिजली बोर्ड के लाओ सामने अमन कुंडी शाहबाद की धरती बलवीर सिंह जी बिट्टू जसपाल वांगर वाले फैसला देंदे हुए बे पॉइंट हैप्पी नौजवान के हिस्से जुड़ता हुआ दूसरे बन्ने फिर वेखो इस समय घनौर की धरती हेलो लाओ दूसरे बन्ने फिर हैप्पी रसूल वाले ने कबड्डी पाई है दर्शक ढको ढकी खड़े वेखदे भी इस नौजवान की खेड नूं लाओ लाली वटारी वाला डबल टच के इशारे दे नाल मैं वेखदा भी ये पॉइंट इस समय फिर हैप्पी रसूलपुर वाले नौजवान दे हिस्से जुड़दा होया चल भी नौजवाना पा फिर कबड्डी गुट ते पट्टी बद्दी हुई है दोनों गोड्या ते पट्टिया ने नोने वीर जी ना दसो जरा इस गबरू का की जरा तुहाडी टीम दे समय कबड्डी पा रहे हैं वाह भी वाह सामने चार जाफी पूरी तैयारी ने हूं मैं वेखना भी चारा दे विचों केड़ा तनंतर इस नौजवान दे नाल दो हथ करेगा लाओ सामने वेखो बलवीर सिंह जी बिट्टू फैसला करते हुए भी पॉइंट फिर बिजली बोर्ड की टीम के हिस्से है शिवा शिवा पंजाब राज बिजली बोर्ड की टीम के हिस्से एक अंक का होर वाधा करता हुआ लाओ दूसरे बन्ने फिर गुरलाल घनौर वाला
सोनी बहुत ही वधिया कोशिश पॉइंट फिर इस समय गुरलाल घनौर वाले के हिस्से है। चल भी नौजवाना पा फिर कबड्डी के पिंडां दे विचों पिंड सुनी दा अड़ैचा उत्थों दा अंग्रेज सुनी दा जो खेडे विच वलैता कबड्डी दे मैदान विच इंज फबदा भी जिवें खेतां विच फार्म ट्रैक जिवें खेतां विच फार्म ट्रैक कहिंदे जट फोर ते बैठा होवे सोहणा फबदा मलकीत कबड्डी खेडदा होवे सोहणा फबदा थोड़ी देर खेड मैदान दे विचों बाहर रहण तों बाद इस पहलवान ने दुबारा फिर शुरू कीती है। लओ पॉइंट फिर इस समय मंगी नौजवान दे हिस्से जुड़ता होया चल भी बिकी पा फिर कबड्डी नौजवाना हुण मैं वेखदा भी पंजाब राज बिजली बोर्ड दे चार जाफियां दे विचों कौण दो हथ करदा इस महान धावी दे नाल हल्का जिहा विरोधी जाफियां वालों नौजवान वधदा जा रहे हैं कदी खब्बी कन्नी कदी सज्जी कन्नी लाओ समय का फैसला भी एक पॉइंट फिर बिकी घनौर वाले नौजवान दे हिस्से जुड़ता होया गज गज सनमीक हैनरी लहरे वाले कहिंदे भी गुरलाल घनौर नूं जिन्ने भी जफ्फे लगणगे 100 रुपया उन्हां वल्लों लाओ सामने फिर वेखो जसी लेलां दी धरती दा नौजवान नाल ही मैं वेखदा भी एक पॉइंट फिर इस समय इस नौजवान दे हिस्से जुड़दा होया चल भी हैप्पी पा फिर कबड्डी नौजवाना हुण मैं वेखदा भी सामने खड़े चार जाफी सोचदे ने भी इस नौजवान नूं किंज डक होणा मुकाबला सख्त है थब्बे थब्बे ते पट ने लाओ एक पॉइंट फिर हैप्पी रसूलपुर वाले नौजवान दे हिस्से जुड़दा होया हां जी हाँ जी चैनल गल कर लिए बहुत ही वधिया मैच सॉरी माफी चाहते हैं चैनल पंजाब वाले शाम में गल होगी लाओ सामने जैला इस समय डकिया जा चुका है ਬੱਦੀ ਧਰਤੀ ਦਾ ਮੇਰੇ ਵੀਰੋ ਮੰਗੀ ਬੜਾ ਹੀ ਮਸ਼ਹੂਰ ਜਾਫੀ ਜਿਸ ਨੇ ਕੈਨੇਡਾ ਦੇ ਵਿੱਚ ਆਪਣੀ ਅਗਜਵਾਈ ਲਈ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਲਓ ਇਹ ਪੁਆਇੰਟ ਫਿਰ ਇਸ ਨੌਜਵਾਨ ਦੇ ਹਿੱਸੇ ਹੈ ਲਾਲ ਗੁਰਲਾਲ ਘਨੌਰ ਦਾ ਵੇਖੋ ਇਸ ਸਮੇਂ ਸੋਹਣੀ ਕਬੱਡੀ ਪਾਉਂਦਾ ਹੋਇਆ ਸੋਹਣਾ ਨੌਜਵਾਨ ਗੁੰਦਿਆਂ ਸਰੀਰੇ ਦੀ ਸਿਫਤ ਕਰਾ ਹੱਥ ਲਾ ਕੇ ਜਾਫੀ ਨੂੰ ਫੜਾਉਂਦਾ ਨਹੀਂ ਉਹ ਬਾ ਕਬੱਡੀ ਦਾ ਇਹ ਹੀਰੋ ਕਬੱਡੀ ਦੀ ਮਾਂ ਗੁੰਦਿਆਂ ਸਰੀਰੇ ਦੀ ਸਿਫਤ ਕਰਾ ਲਓ ਪ੍ਰਧਾਨ ਜੀ ਲੱਖ ਲੱਖ ਮੁਬਾਰਕਬਾਦ ਅੱਜ ਦੇ ਇਸ ਕਬੱਡੀ ਕੱਪ ਦੀ ਤੁਹਾਨੂੰ ਸਾਰੇ ਵੀਰਾਂ ਨੂੰ ਇਸ ਸਮੇਂ ਹਲਕਾ ਜਿਹਾ ਚੁੱਕਿਆ ਹੋਇਆ ਬਣਿਆ ਪਿਆ ਕਲੈਰੀ ਮੋਰ ਨਾਲ ਹੀ ਲਾਲੀ ਬਟਾਰੀ ਵਾਲਾ ਕੋਸ਼ਿਸ਼ ਦੇ ਵਿੱਚ ਪਰ ਮੈਂ ਵੇਖਦਾ ਵੀ ਪੁਆਇੰਟ ਗੁਰਲਾਲ ਦੇ ਹਿੱਸੇ ਜੁੜਦਾ ਹੋਇਆ ਇਸ ਤੋਂ ਅਗਲਾ ਮੈਚ ਹੈ ਜਿਹੜਾ ਦਿੜਵਾ ਏ ਵਰਸਿਜ ਦਿੜਵਾ ਬੀ ਸ਼ੋਅ ਮੈਚ ਹੋਵੇਗਾ ਇੱਕ ਉਸ ਤੋਂ ਬਾਅਦ ਆਪਾਂ ਫਾਈਨਲ ਮੈਚ ਫਿਰ ਮਰ ਜਾਣੇ ਗੁਰਦਾਸ ਮਾਨ ਦੀ ਗੱਲ ਸਾਡੇ ਕੋਲੇ ਪੁੱਜ ਚੁੱਕੇ ਨੇ ਥੋੜੀ ਦੇਰ ਬਾਅਦ ਮੇਰੇ ਵੀਰੋ ਮਰ ਜਾਣਾ ਉਸ ਸਟੇਜ ਦੇ ਉੱਪਰ ਇਸ ਮਾਈਕ ਤੇ ਕਬੱਡੀਆਂ ਪਾਉਣ ਦੀ ਗੱਲ ਕਰੇਗਾ ਲਓ ਜਿਸ ਨੇ ਆਖਿਆ ਕਿ ਮਹਿਫਲ ਦੀ ਜਿੰਨ ਜਾਨ ਪੰਜਾਬੀ ਸ਼ੇਰ ਦੇ ਗੱਲਾਂ ਨੂੰ ਗਿੱਦੜ ਸ਼ੇਰ ਨਹੀਂ ਬਣਦੇ ਕਦੀ ਰੰਗਾ ਕੇ ਖੱਲਾਂ ਨੂੰ ਲਓ ਇਸ ਸਮੇਂ ਫਿਰ ਮਲਕੀਤ ਡੱਕਿਆ ਜਾ ਚੁੱਕਾ ਹੈ ਨਾਲ ਹੀ ਬਲਵੀਰ ਬਿੱਟੂ ਹੱਸਦਾ ਵੀ ਥੋੜੀ ਦੇਰ ਬਾਅਦ ਖੇਡੇ ਹੈ ਪਹਿਲਵਾਨ ਜੀ ਸੈੱਟ ਹੋ ਜਾਣਾ ਸਾਰਾ ਕੰਮ ਪਰ ਕੋਚ ਸਾਹਿਬ ਗੋਪਾਲ ਸਿੰਘ ਜੀ ਪ੍ਰੋਫੈਸਰ ਸਾਹਿਬ ਨਾਲ ਹੀ ਸੁਖੀ ਬਰਾੜ ਜੀ ਆਖ ਰਹੇ ਸਨ ਵੀ ਮਲਕੀਤ ਫਿਰ ਕਬੱਡੀਆਂ ਪਾਵੇਗਾ ਥੋੜਾ ਜਦੋਂ ਇਸ ਖੇਡ ਮੈਦਾਨ ਦੇ ਨਾਲ ਹੋਰ ਜੁੜ ਗਿਆ ਮੇਰੇ ਪੰਜਾਬੀ ਮਿੱਤਰੋ ਲਓ ਇਸ ਸਮੇਂ ਵਿੱਕੀ ਘਨੌਰ ਵਾਲਾ ਫਿਰ ਕਬੱਡੀ ਪਾਉਂਦਾ ਹੋਇਆ ਚਾਰ ਖੜੇ ਸੋਚਦੇ ਨੇ ਵੀ ਹੁਣ ਇਸ ਨੌਜਵਾਨ ਨੂੰ ਕਿੰਝ ਡੱਕ ਲਈਏ ਲਓ ਸਾਹਮਣੇ ਬਿੱਲਾ ਘਲੋਟੀ ਦੀ ਧਰਤੀ ਦਾ ਜਿਸ ਧਰਤੀ ਨੇ ਮੇਰੇ ਵੀਰੋ ਦੇਬੇ ਘਲੋਟੀ ਵਰਗੇ ਮਾਸਟਰ ਭੁਪਿੰਦਰ ਸਿੰਘ ਵਰਗੇ ਕੁਲਵਿੰਦਰ ਸਿੰਘ ਵਰਗੇ ਸੁਖ ਪੰਦੇਲ ਵਰਗੇ ਜੱਸੀ ਵਰਗੇ ਵਿੱਕੀ ਵਰਗੇ ਮਨੂ ਵਰਗੇ ਬਹੁਤ ਖਿਡਾਰੀ ਪੈਦਾ ਕੀਤੇ ਨੇ ਇਸ ਧਰਤੀ ਨੇ ਨਮਸਕਾਰ ਹੈ ਉੱਥੋਂ ਦੀ ਮਾਮਾ ਨੂੰ ਲਓ ਇਹ ਪੁਆਇੰਟ ਬਿੱਲੇ ਘਲੋਟੀ ਵਾਲੇ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ ਹੈਲੋ ਦੁਨੀਆ ਮੰਨਦੀ ਰੇਡ ਵੀ ਗਾਜੀਪੁਰ ਦੇ ਲਖੇ ਦੀ ਥਾਂ ਥਾਂ ਹੁੰਦੀ ਸਿਫਤ ਵੀ ਬਾਜੀ ਜੰਡ ਦੇ ਜੱਥੇ ਦੀ ਹਿੰਮਤ ਹੈ ਨੀ ਕਿਸੇ ਦੇ ਵਿੱਚ ਜੋਗੀ ਘੱਗਾ ਰੋਕਣ ਦੀ ਬੜੀ ਚੜ੍ਹਾਈ ਅੱਜ ਕੱਲ੍ਹ ਸੈਦੋ ਵਾਲੇ ਮੱਖਣ ਦੀ ਸੈਦੋ ਵਾਲੇ ਮੱਖਣ ਦੀ ਵੀ ਪੂਰੀ ਚੜ੍ਹਾਈ ਹੈ ਜੋਗੀ ਘੱਗੇ ਨੂੰ ਡੱਕ ਲੈਣਾ ਵੀ ਕਹਿੰਦੇ ਨੇ ਵੀ ਵਹਿੰਦੀ ਆ ਡੱਕ ਲੈਣ ਦੇ ਬਰਾਬਰ ਹੈ ਲਓ ਫਿਰ ਦੋਨੋਂ ਟੀਮਾਂ ਨੂੰ ਆਖਿਆ ਗਿਆ ਵੀ ਇਸ ਟਾਈਮ ਆਊਟ ਦੇ ਵਿੱਚ ਦੋਨੋਂ ਟੀਮਾਂ ਪਾਣੀ ਪੀ ਸਕਦੇ ਨੇ ਮਾਈਕ ਓਵਰ ਟੂ ਕਸ਼ਮੀਰ ਜੀ ਹੈਲੋ ਬਹਾਦਰ ਕਮਰੇ ਚ ਪਹੁੰਚੇ ਆਪਣਾ ਜੋ ਲੰਘ ਰਹੀ ਹੈ ਇੱਕ ਉਹ ਬਹਾਦਰ ਕਮਰੇ ਚ ਪਹੁੰਚੇ ਹਾਂਜੀ ਆਪਣਾ ਢੋਲ ਵਾਲਾ ਮੁੰਡਾ ਜਿਹੜਾ ਉੱਥੇ ਲੈ ਕੇ ਆਉਣ ਲ
ਲਓ ਸਾਹਮਣੇ ਫਿਰ ਇਸ ਸਮੇਂ ਹਰਪਾਲ ਪੰਡੋਰੀ ਦੀ ਧਰਤੀ ਦਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਸਾਹਮਣੇ ਫਿਰ ਬਿੱਲਾ ਮੇਰੇ ਵੀਰੋ ਇੱਕ ਬਿੱਲਾ ਜਲਾਲ ਦੀ ਵਾਲ ਵਾਲਾ ਇੱਕ ਬਿੱਲਾ ਛੋਟੀ ਉਮਰ ਦਾ ਮਾਲਕ ਕਲੋਟੀ ਦੀ ਧਰਤੀ ਦਾ ਵਧੀਆ ਖੇਡ ਇਸ ਨੌਜਵਾਨ ਦੀ ਲਓ ਸਾਹਮਣੇ ਫਿਰ ਮਲਕੀਤ ਨੇ ਕਬੱਡੀ ਪਾਈ ਹੈ ਹੜੈਚਿਆਂ ਦੀ ਧਰਤੀ ਦਾ ਸੱਜਣ ਸਿੰਘ ਧਾਲੀਵਾਲ ਨੂੰ ਮਾਣ ਹੈ ਇਸ ਗੱਭਰੂ ਦੇ ਉੱਤੇ ਲਓ ਮਾਣ ਹੈ ਜਿੰਦਰ ਖਾਨੋਵਾਲ ਨੂੰ ਸਾਹਮਣੇ ਖੜੇ ਚਾਰ ਜਾਫੀਆਂ ਦੇ ਵਿੱਚ ਜੱਸੀ ਤੇ ਕਾਕੇ ਤੇ ਕੁੰਡੀ ਤੇ ਬੱਗੇ ਪਿੰਡ ਦੀ ਧਰਤੀ ਦੇ ਇਸ ਨੌਜਵਾਨ ਮੰਗੀ ਤੇ ਲਓ ਸਾਹਮਣੇ ਵੇਖੋ ਅਮਨ ਕੁੰਡੀ ਕਲੱਬ ਲਈ ਤੂੰ ਅੱਜ ਕੱਲ੍ਹ ਕਹਿੰਦੇ ਨੇ ਵੀ ਹੈਮਿਲਟਨ ਪੰਜਾਬੀ ਸਪੋਰਟਸ ਕਬੱਡੀ ਕਲੱਬ ਦੇ ਲਈ ਤੂੰ ਮਲਕੀਤ ਨੇ ਲੰਮਾ ਸਾਹ ਮੇਰੇ ਵੀਰੋ ਦਰਸ਼ਨ ਸਿੰਘ ਧਾਲੀਵਾਲ ਦੀ ਨਾਲ ਹੀ ਚੰਨੀ ਮੋਹੀ ਵਾਲੇ ਵੀਰ ਦੇ ਲਈ ਵੱਡੀ ਤਕੜੀ ਖੇਡ ਦਾ ਪ੍ਰਦਰਸ਼ਨ ਉਸ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਕੀਤਾ ਲਓ ਸਾਹਮਣੇ ਫਿਰ ਵੇਖੋ ਵਿੱਕੀ ਘਨੌਰ ਵਾਲਾ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਉਧਰ ਪੰਜਾਬ ਪੁਲਿਸ ਵਾਲੇ ਵੀਰ ਦਰਸ਼ਕ ਵੀਰਾਂ ਨੂੰ ਬਿਠਾਉਣ ਦੇ ਵਿੱਚ ਲੱਗੇ ਹੋਏ ਨੇ ਇੱਧਰ ਲਾਲੀ ਬਟਾਰੀ ਵਾਲਾ ਵਿੱਕੀ ਘਨੌਰ ਵਾਲੇ ਨੂੰ ਗੁੱਟ ਤੋਂ ਫੜ ਕੇ ਮਾਰ ਕੈਂਚੀ ਡੱਕਣ ਦੇ ਵਿੱਚ ਲੱਗਾ ਹੋਇਆ ਲਓ ਸਮੇਂ ਦਾ ਕੀ ਫੈਸਲਾ ਵੀ ਪੁਆਇੰਟ ਇਸ ਸਮੇਂ ਅੰਮ੍ਰਿਤਪਾਲ ਕੈਲੇ ਦੇ ਛੋਟੇ ਵੀਰ ਨੌਜਵਾਨ ਉਸ ਅਜੀਤਪਾਲ ਲਾਲੀ ਬਟਾਰੀ ਵਾਲੇ ਦੇ ਹਿੱਸੇ ਜੁੜਦਾ ਹੋਇਆ ਅਸੀਂ ਮੀਡੀਆ ਵਾਲੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਇਸ ਖੇਡ ਮੇਲੇ ਨੂੰ ਕਵਰੇਜ ਕਰ ਰਹੇ ਨੇ ਮਾਫੀ ਚਾਹੁੰਦਾ ਮੇਰੇ ਕੋਲੇ ਨਾਮ ਨਹੀਂ ਹਨ ਨਹੀਂ ਬਕਾਇਦਾ ਨਾਮ ਲੈ ਕੇ ਉਹਨਾਂ ਨੂੰ ਮਾਨ ਸਨਮਾਨ ਇਸ ਮਾਈਕ ਤੇ ਆਪਾਂ ਦਿੰਦੇ ਲਓ ਸਾਹਮਣੇ ਫਿਰ ਦਸ਼ਮੇਸ਼ ਕਬੱਡੀ ਨਕੋਦਰ ਸਮੇਂ ਕਬੱਡੀ ਪਾਉਂਦਾ ਹੋਇਆ